हाँ मैं एक मिनट ऑन। हाँ अच्छा, जिमीदार नू किसान नू पराली नू अग लै लानी पै रही है, की मजबूरी है, की लगता तुम्हें? जिमीदार नू की करे जिमीदार जी, जिमीदार अग ना लाऊगा तो की करूगा? सही है, जिमीदार का पराली का कोई हल हो जूगा तो जिमीदार अग ना लावे? जिमीदार अग खर्चा इना आख दें सरकार की इना जिमीदार अग ना लावे तो इदा करे, सही है जी, तो जिमीदार कुछ मिलूगा तो जिमीदार अग ना लावे? जिमीदार अपने पल्यों कितों ला दूगी? सही है, 6000 रुपया आख्या मंग की, 6000 चो तक 600 रुपया नहीं, 6 रुपये नहीं जिमीदार को मिल रहे, तो जिमीदार अग ना लाऊगा तो की करूगा? ਤੇ ਜ਼ਿਮੀਦਾਰ ਦਾ ਜਿਹੜਾ ਧੂੰਆਂ ਦਿੱਲੀ ਤੱਕ ਪਹੁੰਚਣ ਡਿਆ ਤੇ ਮਿੱਲਾਂ ਦਾ ਧੂੰਆਂ ਅਜੇ ਤੱਕ ਕਿਤੇ ਨਹੀਂ ਦਿਖਣ ਡਿਆ, ਇਹੋ ਪਰਾਲੀ ਮਿੱਲਾਂ 'ਚ ਜਾ ਕੇ ਫੂਕਣੀ ਆ ਤੇ ਇਹ ਜ਼ਿਮੀਦਾਰ ਦੀ ਪੈਲੀ 'ਚ ਬਸ ਫੂਕੀ ਤੇ ਜ਼ਿਮੀਦਾਰ ਤੇ ਐਕਸ਼ਨ ਹੁੰਦਾ, ਮਿੱਲਾਂ 'ਤੇ ਕੋਈ ਐਕਸ਼ਨ ਨਹੀਂ ਹੋਣਗਾ, ਬਸ ਜੀ ਠੀਕ ਹੈ। हाँ मैं एक मिनट ऑन। हाँ अच्छा, जिमीदार नू किसान नू पराली नू अग लै लानी पै रही है, की मजबूरी है, की लगता तुम्हें? ਜ਼ਿਮੀਦਾਰ ਨੂੰ ਕੀ ਕਰੇ ਜ਼ਿਮੀਦਾਰ ਜੀ, ਜ਼ਿਮੀਦਾਰ ਅੱਗ ਨਾ ਲਾਊਗਾ ਤੇ ਕੀ ਕਰੂਗਾ? ਸਹੀ ਹੈ, ਜ਼ਿਮੀਦਾਰ ਦਾ ਪਰਾਲੀ ਦਾ ਕੋਈ ਹੱਲ ਹੋ ਜੂਗਾ ਤੇ ਜ਼ਿਮੀਦਾਰ ਅੱਗ ਨਾ ਲਾਵੇ? ਜ਼ਿਮੀਦਾਰ ਅੱਗ ਖਰਚਾ ਇਨਾ ਆਖ ਦਿੰਦੀ ਸਰਕਾਰ ਕੀ ਇੰਨਾ ਜ਼ਿਮੀਦਾਰ ਅੱਗ ਨਾ ਲਾਵੇ ਤੇ ਇੱਦਾਂ ਕਰੇ, ਸਹੀ ਹੈ ਜੀ, ਤੇ ਜ਼ਿਮੀਦਾਰ ਨੂੰ ਕੁਝ ਮਿਲੂਗਾ ਤੇ ਜ਼ਿਮੀਦਾਰ ਅੱਗ ਨਾ ਲਾਵੇ? ਜ਼ਿਮੀਦਾਰ ਆਪਣੇ ਪੱਲਿਓਂ ਕਿੱਥੋਂ ਲਾ ਦੂਗੀ? ਸਹੀ ਹੈ, 6000 ਰੁਪਇਆ ਆਖਿਆ ਮੰਗ ਕੀਤੀ, 6000 ਚੋ ਤੱਕ 600 ਰੁਪਇਆ ਨਹੀਂ, 6 ਰੁਪਇਆ ਨਹੀਂ ਜ਼ਿਮੀਦਾਰ ਨੂੰ ਮਿਲ ਰਹੇ, ਤੇ ਜ਼ਿਮੀਦਾਰ ਅੱਗ ਨਾ ਲਾਊਗਾ ਤੇ ਕੀ ਕਰੂਗਾ? ਤੇ ਜ਼ਿਮੀਦਾਰ ਦਾ ਜਿਹੜਾ ਧੂੰਆਂ ਦਿੱਲੀ ਤੱਕ ਪਹੁੰਚਣ ਡਿਆ ਤੇ ਮਿੱਲਾਂ ਦਾ ਧੂੰਆਂ ਅਜੇ ਤੱਕ ਕਿਤੇ ਨਹੀਂ ਦਿਖਣ ਡਿਆ, ਇਹੋ ਪਰਾਲੀ ਮਿੱਲਾਂ 'ਚ ਜਾ ਕੇ ਫੂਕਣੀ ਆ ਤੇ ਇਹ ਜ਼ਿਮੀਦਾਰ ਦੀ ਪੈਲੀ 'ਚ ਬਸ ਫੂਕੀ ਤੇ ਜ਼ਿਮੀਦਾਰ ਤੇ ਐਕਸ਼ਨ ਹੁੰਦਾ, ਮਿੱਲਾਂ 'ਤੇ ਕੋਈ ਐਕਸ਼ਨ ਨਹੀਂ ਹੋਣਗਾ, ਬਸ ਜੀ ਠੀਕ ਹੈ।